ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਗੁਰਨਾਮ ਸਿੰਘ ਮੈਸਮਪੁਰੀ। ਸੋ ਦੋਸਤੋ, ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਨਕੋਦਰ ਸ਼ਹਿਰ ਦੇ ਵਿੱਚ ਆਪਾਂ 21 ਮਾਰਚ ਨੂੰ ਖੂਨਦਾਨ ਕੈਂਪ ਲਾ ਰਹੇ ਹਾਂ। ਇਹ ਸਾਡਾ ਖੂਨਦਾਨ ਕੈਂਪ ਜਿਹੜਾ ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਹੈ। ਸੋ 21 ਮਾਰਚ HDFC ਬੈਂਕ ਦੇ ਨੇੜੇ ਬੱਸ ਸਟੈਂਡ ਨਕੋਦਰ ਆਪਾਂ ਖੂਨਦਾਨ ਕੈਂਪ ਲਗਾ ਰਹੇ ਹਾਂ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਖੂਨਦਾਨ ਜੀਵਨਦਾਨ ਹੈ। ਖੂਨ ਦੀ ਘਾਟ ਕਾਰਨ ਬਹੁਤ ਸਾਰੇ ਮਰੀਜ਼ ਸਾਡੇ ਮੌਤ ਦੇ ਮੂੰਹ ਵਿੱਚ ਜਾਂਦੇ ਆ। ਜੇ ਆਪਾਂ ਇਹਨਾਂ ਮਰੀਜ਼ਾਂ ਨੂੰ ਬਚਾਉਣਾ ਚਾਹੀਏ ਤਾਂ ਇੱਕੋ ਇੱਕ ਮਨੁੱਖੀ ਖੂਨ ਆ ਜਿਹੜਾ ਇਹਨਾਂ ਦੀ ਜਾਨ ਬਚਾ ਸਕਦਾ। ਸੋ ਮੇਰੇ ਦੋਸਤ ਜਿਹੜੇ ਸਾਡੇ ਨਾਲ ਬੜੇ ਸਰਗਰਮ ਵਰਕਰ ਹੈ, ਇਹ ਤੁਹਾਨੂੰ ਅਪੀਲ ਕਰਨਗੇ ਬਲਜੀਤ ਜੀ ਕਿ ਆਪਾਂ ਸਾਰੇ ਖੂਨਦਾਨ ਕਰੀਏ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਬਲਜੀਤ ਕੁਮਾਰ ਆ ਜੀ। ਮੇਰਾ ਇਲੈਕਟ੍ਰੀਸ਼ਨ ਦਾ ਕੰਮ ਹੈ, ਨਕੋਦਰ ਫੀਲਡ ਦੇ ਵਿੱਚ ਆ ਜੀ। ਮੇਰੇ ਵੀਰ ਖੂਨਦਾਨ ਕੈਂਪ ਲਾ ਰਹੇ ਹਨ ਸ਼ਹੀਦ ਭਗਤ ਸਿੰਘ ਜੀ ਦੀ ਯਾਦ ਵਿੱਚ। ਤਰੀਕ 21 ਮਾਰਚ ਸਵੇਰੇ 10 ਵਜੇ ਤੋਂ 3 ਵਜੇ ਤੱਕ HDFC ਬੈਂਕ ਨਕੋਦਰ ਦੇ ਮੋਹਰੇ ਖੂਨਦਾਨ ਕੈਂਪ ਲੱਗੇਗਾ। ਜੋ ਵੀ ਮੇਰੇ ਵੀਰ ਭੈਣ ਭਰਾ ਆ ਕੇ ਖੂਨ ਦੇ ਸਕਦੇ ਹਨ ਅਤੇ ਲੋਕਾਂ ਦੀ ਜਾਨ ਬਚ ਸਕਦੀ ਹੈ। ਇਹ ਬਹੁਤ ਆਪਾਂ ਸਾਰੇ ਰਲ ਮਿਲ ਕੇ ਉਪਰਾਲਾ ਕਰੀਏ, ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਈਏ। ਜੇ ਖੂਨ ਦੇਵਾਂਗੇ, ਜੇ ਕਿਸੇ ਵੀਰ ਭਰਾ ਨੂੰ ਕਿਸੇ ਨੂੰ ਲੋੜ ਹੋਊਗੀ ਉਹ ਲੈ ਵੀ ਸਕਦਾ ਆ। ਜੇ ਇਹ ਕੈਂਪ ਸਵੇਰੇ 10 ਵਜੇ ਤੋਂ 3 ਵਜੇ ਤੱਕ ਲੱਗੂਗਾ। ਜਿਹੜਾ ਵੀ ਮੇਰਾ ਵੀਰ ਭਰਾ ਆ ਕੇ ਆ ਸਕਦਾ ਹੈ, ਇਸ ਕੈਂਪ ਵਿੱਚ ਆਣ ਕੇ ਆਪਣੀ ਕੋਈ ਦੁੱਖ ਤਕਲੀਫ ਬਾਰੇ ਵੀ ਗੱਲ ਕਰ ਸਕਦਾ ਹੈ। ਸੋ ਮੈਂ ਆਪਣੇ ਵੀਰ ਬਲਜੀਤ ਜੀ ਦਾ ਮੈਸੇਜ ਅੱਗੇ ਵਧਾਉਣਾ ਚਾਹੁੰਦਾ ਕਿ ਆਪਾਂ ਸਾਰੇ 21 ਮਾਰਚ ਨੂੰ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਹਾਂ, ਖੂਨਦਾਨ ਕਰੀਏ ਅਤੇ ਜਿਹੜੇ ਖੂਨ ਦੀ ਘਾਟ ਵਾਲੇ ਮਰੀਜ਼ ਹੈ ਉਹਨਾਂ ਦੀ ਜਾਨ ਜਿਹੜੀ ਬਚਾ ਕੇ ਮਨੁੱਖਤਾ ਦੀ ਸੇਵਾ ਵਾਲਾ ਕੰਮ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।